ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦੇ ਸਾਰੇ ਤੋਂ ਠੀਕ ਠਾਕ ਹੋ। ਅੱਜ ਅਸੀਂ ਜਾ ਰਹੇ ਹਾਂ ਵੇਟ 'ਚ, ਆਉਣਾ ਹੈ 100 ਕਿਲੋ ਦਾ ਵੇਟ ਹੈ ਜੀ। ਬਿਲਕੁਲ ਜਨਾਬ, 100 ਕਿਲੋ ਦਾ ਵੇਟ ਹੈ। ਇੱਜੀ ਗੱਲ ਹੈ ਬਾਈ ਜਾਨ, 100 ਕਿਲੋ ਦਾ ਵੇਟ ਹੈ। 10 ਪਹੀਏ ਚੱਲੇ ਆਏ ਉੱਥੇ, ਦੁਆ ਕਰੋ ਮਿਲ ਜਾਵੇ। ਅੱਛਾ ਜੀ, ਤੂੰ ਤੇਰੇ ਤੋਂ ਪਤਾ ਕੀਤਾ ਇੱਥੇ ਨਹੀਂ ਸੀ, ਲੇਕਿਨ ਅੱਗੇ ਚੱਲੇ ਆਉਣ, ਦੁਆ ਕਰਿਆ ਜੀ। ਸਾਨੂੰ ਮਿਲ ਗਿਆ ਤਾਂ ਇਨਸ਼ਾਅੱਲਾ ਚਾਹਵਾਂਗੇ, ਜਾਂ ਸਾਨੂੰ ਵੇਟ ਮਿਲ ਜਾਂਦਾ ਤਾਂ ਉਹ ਜਾਣਾ ਜਾ ਕੇ ਹੈ ਜੀ। ਬੰਦੇ ਅੱਗੇ ਸਾਡੇ ਨਾਲ ਜਾ ਰਹੇ ਨੇ ਅਤੇ 100 ਕਿਲੋ ਦਾ ਵੇਟ ਹੈ। ਜਾ ਰਹੇ ਹਾਂ ਅਸੀਂ ਇੱਕ ਮੁੰਡੇ ਦੇ ਕੋਲ, ਪੈ ਜਾ ਕੇ ਵੇਟ ਉੱਥੇ ਜਾ ਕੇ ਚਿੰਨੇ ਹਾਂ ਅਤੇ ਤੁਹਾਨੂੰ ਚੈੱਕ ਕਰਦੇ ਹਾਂ। ਹੈ ਬਾਈ ਹੋਰ ਵੇਟ ਬਾਈ ਜਾਣਾ, ਦੋਸਤੋ ਸਾਨੂੰ ਵੇਟ ਮਿਲ ਗਿਆ, 100 ਕਿਲੋ ਦਾ ਵੇਟ ਹੈ। ਇਹਨਾਂ ਚਾਹ ਕੇ ਉੱਥੇ ਲੈ ਜਾਣਾ ਅਤੇ ਬੱਲੇ ਕੱਢਣੇ ਨੇ। 100 ਕਿਲੋ ਦਾ ਵੇਟ ਹੈ, ਬੱਲੇ ਬੱਲੇ। ਅੱਜ ਵੇਖਦੇ ਹਾਂ ਕਿ ਕਿਤਨੇ ਬਾਲੇ ਕੱਢਦੇ ਨੇ। 100 ਕਿਲੋ ਹੈ, ਜਵਾਨ ਤਾਂ ਸਾਡੇ ਨਾਲ ਹੈ ਇੱਕ, ਬਾਕੀ ਚੈੱਕ ਕਰਦੇ ਹਾਂ। ਨਿਕਲਦਾ ਨਾ ਇਹੀ ਨੇ, ਲੱਛਾ ਕਾਲਾ ਵੈਸੇ। ਲਓ ਜੀ, ਇੱਕ ਬਾਲਾ ਹੋ ਗਿਆ, 100 ਕਿਲੋ ਹੈ। ਦੋ ਹੋ ਗਿਆ ਨੀ। ਲੈ ਜੀ ਦੋਸਤੋ, 100 ਕਿਲੋ ਵਜ਼ਨ ਨੇ, 3 ਬਾਲੇ ਕੱਢੇ ਨੇ ਭਾਈ ਹੋਰਾਂ। ਗੁੱਡ ਹੋ ਗਿਆ। ਕਿੱਦਾਂ ਜਵਾਨ ਜਨਾਬ, ਬਾਵੇਂ ਚਵੇ ਬਾਵੇਂ ਹੁਣ ਹੁਣ ਤਾਂ ਨਾ ਕਿਤਨੇ ਬਾਲੇ ਕਾੜ ਲਈ ਸੀ ਭਾਈ? ਪਤਾ ਨਹੀਂ ਚਵੇ ਹੀ ਨਾ ਭਾਈ, ਕੋਈ ਪਤਾ ਨਹੀਂ। ਚਾਕ ਬੜਾ ਹੁਣ ਚਾਵਾਂ ਤਾਂ ਦੇ ਚੱਕ। ਲਓ ਜੀ, ਕਿਹਨੇ ਕਰ ਜਾ ਐਨੇ ਸਹੀ ਨਹੀਂ ਭਾਈ, ਮੈਂ ਕਦੀ ਇਹ ਦੇ ਵਿੱਚ ਚਸਬੀ ਨਹੀਂ ਲਈ। ਹਾਂ ਜੀ, ਪਹਿਲਾ 1 2 ਤਿੰਨ ਆ ਜੀ, 4 ਲੈ ਜੀ, 100 ਕਿਲੋ ਦਾ ਵੇਟ ਹੈ। ਮੈਂ ਕਦੀ ਨਹੀਂ ਚਾਇਆ ਬਾਈ, 100 ਕਿਲੋ ਦਾ ਵੇਟ ਹੈ ਜਨਾਬ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਚਾਇਆ, ਉਹਨਾਂ ਮੈਂ 6 ਕੱਢੇ ਆ। ਪਹਿਲੇ ਇੱਕ ਵਾਰੀ ਨਿਸ਼ਾਇਆ, ਆ ਜਾ ਜਨਾਬ, ਉਹ ਪਹਿਲਾਂ ਤੂੰ ਚੱਲ ਆ ਕੇ, ਤੂੰ ਇੱਥੇ ਵੀ ਹੈ। ਮੈਂ ਵੇਟ ਪੰਗਾ ਕਦੀ ਆਈ, ਜ਼ਬਰਦਸਤ ਯਾਰ ਹੈ। ਆ ਜਾ ਇੱਥੇ, ਲਾਚਾ ਕਾਲਾ ਸਰੀਆ, ਜ਼ਬਰਦਸਤ ਗੁੱਡ ਹੋ ਗਿਆ ਜਨਾਬ।
ਉਹ ਜਨਾਬ 100 ਕਿਲੋ ਵੇਟ ਲੰਮਾ ਹੋ ਕੇ ਥੱਲੇ ਛਾਂ ਕੇ ਉਹ ਇਤਨਾ ਇਤਨਾ ਆ ਥੋੜਾ ਰੇੜਾ ਹੋਵੇ ਨਾ ਉਸ ਵੇਲੇ ਛਾਂ ਕੇ ਥੱਲੇ ਛਾਂ ਕੇ ਇਤਨਾ ਮੈਂ ਸਾਹਿਬ ਨਾ ਨਾ ਚੱਲ ਮੋੜ ਕੱਢ ਯਾਰ ਦੇਖ ਕਾ ਸੰਗਿਆ ਕੱਢੇ ਨਾ ਚਾੜੀ ਵਾਲੇ ਨੂੰ ਆਖਾਂ ਇੱਕ ਆਦ ਨਾ ਪਿਆ ਕਾਰੀ ਵਾਲਾ ਸੰਗਿਆ ਬਸ ਇੱਕ ਗੱਲ ਹੈ ਇੱਥੇ ਹੀ ਲਾਈ ਰੱਖਿਆ ਰੋਜ਼ ਐਂ ਹਾਂ ਤੇ ਇੱਕ ਹੱਥ ਨਾ ਹੋ ਜਾਣਾ ਮੋੜਾ ਨਾ ਇੱਕ ਹੀ ਮੌਤ ਹੈ ਤੇਰੇ ਵਾਸਤੇ ਤਾਂ 35 ਕਿਲੋ 100 ਕਿਲੋ ਵੇਟ ਦੋਸਤ ਖੜਾ ਕਰਾ ਉੱਤੇ ਉਂਝ ਹੱਥ ਕਰ ਜ਼ਬਰਦਸਤ ਜ਼ਬਰਦਸਤ 100 ਕਿਲੋ ਤਾਂ ਹੋ ਗਿਆ ਡਨ ਡਨ ਹੋ ਗਿਆ ਜੀ ਕਿੰਨੇ ਕੱਢੇ ਨੀ 4 ਕੱਢੇ ਨੇ ਜਨਾਬ ਕਿਆ ਦੂਸਰੇ ਭਾਈ ਪੰਜਵੇਂ ਦੇ ਮੇਰੇ ਯਾਰ ਨਾ ਪਾ ਲੋ ਪੰਜਵੇਂ ਦੇ ਮੇਰੇ ਓ ਭਾਈਆ ਜ਼ਬਰਦਸਤ ਹੋ ਗਿਆ ਦੋਸਤੋ